ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ, ਉੱਥੇ ਹੀ ਉਹਨਾਂ ਦੇ ਕੁਝ ਪੁਰਾਣੇ ਸਾਥੀ ਜਿਹੜੇ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਹਿੱਸਾ ਸਨ ਕਿਸੇ ਵਕਤ ਦੇ ਵਿੱਚ, ਪਰ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ, ਉਹ ਹੁਣ ਉਹਨਾਂ ਦੀ ਸਪੋਰਟ ਵਿੱਚ ਆਉਂਦੇ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਵਿੱਚ ਰਹਿ ਚੁੱਕੇ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਜਿਹੜੇ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਸਾਥੀ ਨੇ, ਹਾਲਾਂਕਿ ਕੁਝ ਤਸਵੀਰਾਂ 2012-13 ਦੀਆਂ ਜਦੋਂ ਅੰਨਾ ਹਜ਼ਾਰੇ ਦਾ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ਚੱਲਦਾ ਪਿਆ ਸੀ, ਜਿਸ ਅੰਦੋਲਨ ਦੇ ਵਿੱਚ, ਜਿਸ ਅੰਦੋਲਨ ਤੋਂ ਆਮ ਆਦਮੀ ਪਾਰਟੀ ਦੀ ਰੂਪਰੇਖਾ ਅਖਤਿਆਰ ਹੁੰਦੀ ਹੈ, ਉਸ ਅੰਦੋਲਨ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਅੰਨਾ ਹਜ਼ਾਰੇ ਦੇ ਨਾਲ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਰਹਿੰਦੇ ਨੇ ਔਰ ਉਸ ਅੰਦੋਲਨ ਦਾ ਹਿੱਸਾ ਬਣਦੇ ਨੇ, ਆਮ ਆਦਮੀ ਪਾਰਟੀ ਦੀ ਨੁਹਾਰ ਘੜਦੇ ਨੇ, ਉਹ ਹੁਣ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜ੍ਹਦੇ ਨਜ਼ਰ ਆ ਰਹੇ ਨੇ। ਹਾਲਾਂਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਰਿਸ਼ਤਾ ਬਹੁਤ ਦੇਰ ਪਹਿਲਾਂ ਖਤਮ ਹੋ ਚੁੱਕਿਆ, 2015 ਦੇ ਵਿੱਚ ਹੀ, 2015 ਦੇ ਆਉਂਦੇ ਆਉਂਦੇ ਇਹ ਰਿਸ਼ਤੇ ਸਮਾਪਤ ਹੋ ਗਏ ਸੀ, ਭਾਵੇਂ ਉਹ ਪ੍ਰਸ਼ਾਂਤ ਭੂਸ਼ਣ ਦੀ ਗੱਲ ਕੀਤੀ ਜਾਵੇ, ਭਾਵੇਂ ਉਹ ਯੋਗੇਂਦਰ ਯਾਦਵ ਦੀ ਗੱਲ ਕੀਤੀ ਜਾਵੇ, ਔਰ ਹੁਣ ਸਵਰਾਜ ਇੰਡੀਆ ਨਾਂ ਦੀ ਪਾਰਟੀ ਦੇ ਵਿੱਚ ਇਹ ਤਾਇਨਾਤ ਨੇ। ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਸਾਥੀ ਦੇ ਸਮਰਥਨ ਦੇ ਵਿੱਚ ਜ਼ਰੂਰ ਆਉਂਦੇ ਨਜ਼ਰ ਆ ਰਹੇ। ਉਹਨਾਂ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਪੂਰਨ ਤੌਰ 'ਤੇ ਸਮਰਥਨ ਤਾਂ ਨਹੀਂ ਕਰਦੇ, ਪਰ ਜੋ ਇਹ ਕੁਝ ਹੋਇਆ ਇਸ ਦੇ ਵਿਰੋਧ ਜ਼ਰੂਰ ਖੜ੍ਹੇ ਨੇ। ਉਹਨਾਂ ਦਾ ਇਹ ਦਾਅਵਾ ਆ ਕਿ ਅਰਵਿੰਦ ਕੇਜਰੀਵਾਲ ਦੇ ਵਿੱਚ ਵੀ ਕੋਈ ਪ੍ਰੋਬਲਮਸ ਹੋ ਸਕਦੀਆਂ ਨੇ, ਕੁਝ ਤਰੁੱਟੀਆਂ ਹੋ ਸਕਦੀਆਂ ਨੇ, ਕੁਝ ਦਿੱਕਤਾਂ ਹੋ ਸਕਦੀਆਂ ਨੇ, ਪਰ ਉਸ ਦੇ ਆਧਾਰ ਦੇ ਉੱਤੇ ਇੱਡਾ ਵੱਡਾ ਫੈਸਲਾ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਈਡੀ ਦੀ ਕੀਤੀ ਕਾਰਵਾਈ ਨੂੰ ਲੈ ਕੇ ਵੀ ਯੋਗੇਂਦਰ ਯਾਦਵ ਨੇ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਕੋਲ ਕੋਈ ਸ਼ੱਕ ਸੀ, ਕੋਈ ਪ੍ਰਸਤਾਵ ਸੀ, ਤਾਂ ਇਸ ਉੱਤੇ ਸਬੂਤ ਇਕੱਠੇ ਕਰਕੇ ਅਦਾਲਤ ਦਾ ਹਵਾਲਾ ਲਿਆ ਜਾ ਸਕਦਾ ਸੀ, ਅਦਾਲਤ ਵੱਲ ਰੁੱਖ ਕੀਤਾ ਜਾ ਸਕਦਾ ਸੀ, ਨਾ ਕਿ ਗ੍ਰਿਫਤਾਰ ਕੀਤਾ ਜਾਵੇ। ਯੋਗੇਂਦਰ ਯਾਦਵ ਦਾ ਇਹ ਦਾਅਵਾ ਸੀ ਕਿ ਅਰਵਿੰਦ ਕੇਜਰੀਵਾਲ ਕਿਤੇ ਭੱਜਣ ਵਾਲੇ ਨਹੀਂ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ ਸੀ, ਸਗੋਂ ਉਹ ਵੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਸੱਤਾਧਾਰੀ ਪਾਰਟੀ ਦੇ ਮਨਸੂਬਿਆਂ ਨੂੰ ਸਾਫ਼ ਤੌਰ ਦੇ ਉੱਤੇ ਸਪਸ਼ਟ ਕਰਦਾ ਆ। ਖੈਰ, ਯੋਗੇਂਦਰ ਯਾਦਵ ਜ਼ਰੂਰ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜ੍ਹਦੇ ਆਏ ਨੇ, ਔਰ ਜਿਸ ਤਰ੍ਹਾਂ ਯੋਗੇਂਦਰ ਯਾਦਵ ਉਸੇ ਤਰ੍ਹਾਂ ਪ੍ਰਸ਼ਾਂਤ ਭੂਸ਼ਣ ਵੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜ੍ਹਦੇ ਆਏ ਨੇ। ਪ੍ਰਸ਼ਾਂਤ ਭੂਸ਼ਣ ਦਾ ਵੀ ਸਾਫ਼ ਕਹਿਣਾ ਆ ਕਿ ਬੀਜੇਪੀ ਦੇ ਵੱਲੋਂ ਆਪਣੀ ਵਿਰੋਧੀ ਪਾਰਟੀ ਨੂੰ, ਖਾਸ ਕਰਕੇ ਆਮ ਆਦਮੀ ਪਾਰਟੀ ਜਿਹਦੀ ਦਿੱਲੀ 'ਚ ਸਰਕਾਰ ਹੈ, ਉਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਨਾ ਹੁੰਦਾ ਤਾਂ ਇਸ ਤਰ੍ਹਾਂ ਨਾ ਕੀਤਾ ਜਾਂਦਾ। ਜਿਵੇਂ ਸਾਫ਼ ਤੌਰ 'ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਆ, ਉਸ ਤੋਂ ਬਾਅਦ ਉਹਨਾਂ ਦੇ ਪੁਰਾਣੇ ਸਾਥੀਆਂ ਦਾ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਤਿੱਖੇ ਤੌਰ ਦੇ ਉੱਤੇ ਯੋਗੇਂਦਰ ਯਾਦਵ ਔਰ ਪ੍ਰਸ਼ਾਂਤ ਭੂਸ਼ਣ ਆਪਣਾ ਬਿਆਨ ਜ਼ਾਹਿਰ ਕਰਦੇ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਸਾਫ਼ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਜੜ੍ਹੋਂ ਨਖੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੋਗੇਂਦਰ ਯਾਦਵ ਦਾ ਕਹਿਣਾ ਆ ਕਿ ਉਹ ਪਾਰਟੀ ਸਮਰਥਕ ਨਹੀਂ ਹੈਗੇ, ਪਰ ਜ਼ਰੂਰ ਇਸ ਹਰਕਤ ਨੂੰ ਗੈਰ ਸੰਵਿਧਾਨਕ ਕਰਾਰ ਦੇ ਸਕਦੇ। ਉਹਨਾਂ ਦਾ ਦਾਅਵਾ ਆ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਜਾ ਰਿਹਾ, ਔਰ ਈ ਡੀ ਦੇ ਵੱਲੋਂ ਵੀ ਇਸ ਤਰ੍ਹਾਂ ਕੀਤਾ ਜਾਣਾ ਸਹੀ ਨਹੀਂ ਹੈ, ਕਾਨੂੰਨੀ ਤੌਰ ਦੇ ਉੱਤੇ ਸਹੀ ਨਹੀਂ ਹੈਗਾ। ਸਗੋਂ ਈ ਡੀ ਨੂੰ ਅਦਾਲਤ ਦਾ ਰੁੱਖ ਕਰਨਾ ਚਾਹੀਦਾ ਸੀ, ਜੇ ਉਹਨਾਂ ਦੇ ਕੋਲ ਤੱਥ ਹੈਗੇ ਨੇ, ਸਬੂਤਾਂ ਨੂੰ ਇਕੱਠਿਆਂ ਕਰਕੇ ਅਦਾਲਤ ਵਿੱਚ ਜਾਣਾ ਚਾਹੀਦਾ ਸੀ, ਨਾ ਕਿ ਸਿੱਧੀ ਗ੍ਰਿਫਤਾਰੀ ਪਾਉਣੀ ਚਾਹੀਦੀ ਸੀਗੀ। ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਇਸ ਉੱਤੇ ਟਿੱਪਣੀ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ। ਦਰਅਸਲ 2012 ਦੇ ਵਿੱਚ ਜਦੋਂ ਲੋਕਪਾਲ ਬਿੱਲ ਦੇ ਆਧਾਰ ਦੇ ਉੱਤੇ ਇੱਕ ਅੰਦੋਲਨ ਚੱਲ ਰਿਹਾ ਸੀ, ਇੰਡੀਆ ਅਗੇਂਸਟ ਕਰਪਸ਼ਨ ਨਾਂ ਦਾ ਅੰਦੋਲਨ ਅੰਨਾ ਹਜ਼ਾਰੇ ਦਾ ਚੱਲ ਰਿਹਾ ਸੀ, ਉਸ ਅੰਦੋਲਨ ਦੇ ਵਿੱਚ ਪ੍ਰਸ਼ਾਂਤ ਭੂਸ਼ਣ, ਅਰਵਿੰਦ ਕੇਜਰੀਵਾਲ ਔਰ ਯੋਗੇਂਦਰ ਯਾਦਵ ਇਕੱਠੇ ਹੁੰਦੇ ਨੇ। ਉਸ ਦੌਰ ਦੀ ਇੱਕ ਫੋਟੋ ਵੀ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਔਰ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਇਕੱਠੇ ਨਜ਼ਰ ਆ ਰਹੇ ਨੇ। ਔਰ ਇਸ ਫੋਟੋ ਤੋਂ ਬਾਅਦ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਉਹਨਾਂ ਦੇ ਪੁਰਾਣੇ ਸਾਥੀ ਉਮੜਦੇ ਆ ਰਹੇ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਬੀਜੇਪੀ ਫਿਲਹਾਲ ਡਰੀ ਹੋਈ ਹੈ, ਸਹਿਮੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੀ ਸਾਖ ਹੌਲੀ ਹੌਲੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਅਤੇ ਦੂਜੇ ਪਾਸੇ ਉਸ ਨੂੰ ਹੇਠਾਂ ਸੱਟਣ ਵਾਸਤੇ ਕੋਸ਼ਿਸ਼ਾਂ
ਹੋ ਸਕਦੀਆਂ ਨੇ, ਆਮ ਆਦਮੀ ਪਾਰਟੀ ਦਾ ਦਾਅਵਾ ਹੈਗਾ। ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਉਹ ਪੁਰਾਣੇ ਸਾਥੀ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ 2015 ਦੇ ਆਉਣ ਤੱਕ, ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਉਹੀ ਦੋਵੇਂ ਜਣੇ ਹੁਣ ਅਰਵਿੰਦ ਕੇਜਰੀਵਾਲ ਦੀ ਸਪੋਰਟ 'ਚ ਆਉਂਦੇ ਨਜ਼ਰ ਆ ਰਹੇ ਨੇ। ਉਹਨਾਂ ਦਾ ਦਾਅਵਾ ਆ ਕਿ ਅਰਵਿੰਦ ਕੇਜਰੀਵਾਲ ਦੇ ਵਿੱਚ ਲੱਖ ਕਮੀਆਂ ਹੋ ਸਕਦੀਆਂ ਨੇ, ਇਸ ਤਰ੍ਹਾਂ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਉਹ ਹਰਗਿਜ਼ ਨਹੀਂ ਕਰ ਸਕਦੇ। ਖੈਰ, ਇਹਨਾਂ ਮਸਲਿਆਂ ਦੇ ਉੱਤੇ ਦੋਵਾਂ ਦੇ ਬਿਆਨ ਕੀ ਕਹਿੰਦੇ ਨੇ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਪਰ ਦੂਜੇ ਪਾਸੇ ED ਦੇ ਵੱਲ 28 ਤਰੀਕ ਤੋਂ ਬਾਅਦ ਕੀ ਹੋਵੇਗਾ ਉਹ ਵਕਤ ਦੱਸੇਗਾ। ਅਰਵਿੰਦ ਕੇਜਰੀਵਾਲ ਸੇ ਸਹਿਮਤ ਨਹੀਂ ਹੂੰ, ਆਮ ਆਦਮੀ ਪਾਰਟੀ ਕਾ ਸਮਰਥਕ ਨਹੀਂ ਹੂੰ, ਸਾਰੀ ਦੁਨੀਆ ਜਾਣਤੀ ਹੈ। ਮੈਨੇ ਇਹ ਵੀ ਕਿਹਾ ਹੈ ਕਿ ਇਹ ਜੋ ਲਿਕਰ ਪਾਲਿਸੀ ਮਾਮਲਾ ਹੈ, ਇਸ ਕੀ ਜਾਂਚ ਹੋਣੀ ਚਾਹੀਏ, ਔਰ ਅਗਰ ਭ੍ਰਿਸ਼ਟਾਚਾਰ ਕਾ ਕੋਈ ਪੁਖਤਾ ਸਬੂਤ ਮਿਲੇ, ਕੋਰਟ ਮੇਂ ਜਾਈਏ, ਸਜ਼ਾ ਦਿਲਵਾਈਏ, ਜੋ ਦੋਸ਼ੀ ਹੈ ਉਸਕੋ ਸਜ਼ਾ ਮਿਲਣੀ ਚਾਹੀਏ। ਲੇਕਿਨ ਜਿਸ ਤਰ੍ਹਾਂ ਸੇ ਇਸ ਬਹਾਨੇ ਸੇ ਏਕ ਏਕ ਕਰਕੇ ਆਮ ਆਦਮੀ ਪਾਰਟੀ ਕੇ ਨੇਤਾਓਂ ਕੋ ਪਕੜਾ ਜਾ ਰਹਾ ਹੈ, ਜਿਸ ਤਰੀਕੇ ਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਗ੍ਰਿਫਤਾਰੀ ਹੋਈ ਹੈ, ਉਸੇ ਕੋਈ ਕੈਸੇ ਸਮਰਥਨ ਕਰ ਸਕਤਾ ਹੈ? ਯਹ ਤੋ ਲੋਕਤੰਤਰ ਕੇ ਨਾਮ ਪੇ ਮਜ਼ਾਕ ਹੋ ਰਹਾ ਹੈ, ਕਾਨੂੰਨ ਕੇ ਨਾਮ ਪੇ ਮਜ਼ਾਕ ਹੋ ਰਹਾ ਹੈ। ਆਪਕੋ ਲਗਤਾ ਹੈ ਭ੍ਰਿਸ਼ਟਾਚਾਰ ਹੈ? ਆਪ ਸਬੂਤ ਇਕੱਠੇ ਕੀਜੀਏ, ਆਪ ਕੋਰਟ ਪੇ ਜਾਈਏ, ਮੁਕੱਦਮਾ ਕਰਵਾਈਏ, ਔਰ ਅਗਰ ਮੁਕੱਦਮੇ ਮੇਂ ਦੋਸ਼ੀ ਪਾਏ ਜਾਤੇ ਹੈ, ਜੋ ਸਜ਼ਾ ਮਿਲਤੀ ਹੈ ਜ਼ਰੂਰ ਦਿਲਵਾਈਏ। ਲੇਕਿਨ ਤਰ੍ਹਾਂ ਤਰ੍ਹਾਂ ਕੇ ਸਬੂਤ ਗੜ ਕੇ ਕਿਸੀ ਤਰ੍ਹਾਂ ਸੇ ਗ੍ਰਿਫਤਾਰ ਕਰਕੇ ਰੱਖਣਾ, ਗ੍ਰਿਫਤਾਰ ਕਿਉਂ ਕੀਆ ਜਾਤਾ ਹੈ ਕਿ ਕੋਈ ਵਿਅਕਤੀ ਸਬੂਤ ਨਸ਼ਟ ਨਾ ਕਰ ਸਕੇ, ਭਾਗ ਨਾ ਜਾਏ। ਅਰਵਿੰਦ ਕੇਜਰੀਵਾਲ ਭਾਗ ਜਾਏਗਾ ਕਿਆ ਦੇਸ਼ ਸੇ? ਔਰ ਵੋ ਐਨ ਚੁਣਾਵ ਸੇ ਪਹਿਲੇ, ਆਚਾਰ ਸੰਹਿਤਾ ਲਾਗੂ ਹੋਣੇ ਕੇ ਬਾਅਦ ਗ੍ਰਿਫਤਾਰ ਕਰਨਾ ਕਹਾਂ ਕੀ ਮਰਿਆਦਾ ਹੈ? ਇਸਕੇ ਪੀਛੇ ਭ੍ਰਿਸ਼ਟਾਚਾਰ ਰੋਕਣੇ ਕਾ ਕੋਈ ਵਿਚਾਰ ਨਹੀਂ ਹੈ, ਸਿਰਫ ਔਰ ਸਿਰਫ ਏਕ ਵਿਚਾਰ ਹੈ ਕਿ ਆਪਣੇ ਵਿਰੋਧੀਓਂ ਕੋ ਰੌਂਦ ਦੇਣਾ, ਖਤਮ ਕਰ ਦੇਣਾ, ਚੁਣਾਵ ਨਾ ਲੜ ਪਾਏ, ਔਰ ਕਿਸੀ ਤਰੀਕੇ ਸੇ ਚੁਣਾਵ ਸੇ ਪਹਿਲੇ ਜਾਂ ਚੁਣਾਵ ਕੇ ਤੁਰੰਤ ਬਾਅਦ ਇਨਕੀ ਸਰਕਾਰ ਕੋ ਗਿਰਾਨਾ, ਵੋ ਕਾਂਡ ਜੋ ਬੀਜੇਪੀ ਕਈ ਜਗ੍ਹਾ ਪੇ ਕਰ ਚੁੱਕੀ ਹੈ। ਲੋਕਤੰਤਰ ਕਾ ਸਬਸੇ ਬੜਾ ਭ੍ਰਿਸ਼ਟਾਚਾਰ ਯੇ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।